ਚੜ੍ਹਦੀਕਲਾ ਟਾਈਮ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵਿੰਦਰ ਸਿੰਘ। ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਖਾਸ ਖਬਰਾਂ ਉੱਤੇ। ਅੱਜ ਦੇਸ਼ ਦੇ ਦੋ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਪੰਜਵਾਂ ਤੇ ਆਖਰੀ ਪੜਾਅ। ਜੰਮੂ ਕਸ਼ਮੀਰ ਦੀਆਂ 20 ਅਤੇ ਝਾਰਖੰਡ ਦੀਆਂ 16 ਸੀਟਾਂ ਤੇ ਪੈ ਰਹੀਆਂ ਨੇ ਵੋਟਾਂ। ਅੱਤਵਾਦ ਦੇ ਖਿਲਾਫ ਪਾਕਿਸਤਾਨ ਦਾ ਸਖ਼ਤ ਰਵੱਈਆ। ਦੋ ਅੱਤਵਾਦੀਆਂ ਨੂੰ ਦਿੱਤੀ ਫਾਂਸੀ। ਅਫਗਾਨਿਸਤਾਨ ਸਰਹੱਦ ਤੇ 67 ਤੋਂ ਵੱਧ ਅੱਤਵਾਦੀਆਂ ਨੂੰ ਉਤਾਰਿਆ ਮੌਤ ਦੇ ਘਾਟ। ਪੁਲਿਸ ਦੀ ਵਰਦੀ ਵਿੱਚ ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਰੂਪਨਗਰ ਪੁਲਿਸ ਤੇ ਚੜ੍ਹਿਆ ਅੜਿੱਕੇ। 5 ਮੈਂਬਰਾਂ ਤੋਂ ਭਾਰੀ ਅਸਲਾ ਤੇ ਨਕਦੀ ਬਰਾਮਦ। ਅਤੇ ਬਰਡ ਫਲੂ ਕਾਰਨ ਚੰਡੀਗੜ੍ਹ ਦੀ ਸੁਖਨਾ ਝੀਲ ਨੂੰ ਕੀਤਾ ਗਿਆ ਸੀਲ। ਪਾਣੀ ਵਿੱਚ ਇਨਫੈਕਸ਼ਨ ਦੀ ਜਾਂਚ ਜਾਰੀ। ਝੀਲ ਦੇ ਆਸ ਪਾਸ ਧਾਰਾ 144 ਲਾਗੂ। ਜੀ ਬੁਲੇਟਿਨ ਦਾ ਆਗਾਜ਼ ਕਰਦਿਆਂ ਹੁਣ ਦੀ ਅਹਿਮ ਖਬਰ ਦੇ ਨਾਲ। ਜੰਮੂ ਕਸ਼ਮੀਰ ਅਤੇ ਝਾਰਖੰਡ ਦੇ ਵਿੱਚ ਅੱਜ ਆਖਰੀ ਪੜਾਅ ਦੇ ਲਈ ਵੋਟਾਂ ਪੈ ਰਹੀਆਂ ਨੇ। ਵਿਧਾਨ ਸਭਾ ਚੋਣਾਂ ਦੇ 5ਵੇਂ ਗੇੜ ਦੇ ਤਹਿਤ ਜੰਮੂ ਕਸ਼ਮੀਰ ਦੀਆਂ 20 ਅਤੇ ਝਾਰਖੰਡ ਦੀਆਂ 16 ਸੀਟਾਂ ਤੇ ਮਤਦਾਨ ਜਾਰੀ ਹੈ। ਸਵੇਰ ਤੋਂ ਪੋਲਿੰਗ ਕੇਂਦਰਾਂ ਦੇ ਬਾਹਰ ਲੰਮੀਆਂ ਕਤਾਰਾਂ ਦੇ ਵਿੱਚ ਲੱਗੇ ਲੋਕ ਆਪਣੇ ਵੋਟ ਹੱਕ ਦੀ ਵਰਤੋਂ ਕਰ ਰਹੇ ਨੇ। ਸੁਰੱਖਿਆ ਦੇ ਲਿਹਾਜ਼ ਦੇ ਨਾਲ ਸਾਰੇ ਪੋਲਿੰਗ ਕੇਂਦਰਾਂ ਤੇ ਕਰੜੇ ਪ੍ਰਬੰਧ ਕੀਤੇ ਗਏ ਨੇ। ਇਕੱਲੇ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਇੱਥੇ 20 ਵਿਧਾਨ ਸਭਾ ਸੀਟਾਂ ਤੇ ਕੁੱਲ 217 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ, ਜਿਨ੍ਹਾਂ ਦੇ ਵਿੱਚ 8 ਔਰਤਾਂ ਵੀ ਸ਼ਾਮਲ ਨੇ। ਝਾਰਖੰਡ ਦੇ ਵਿੱਚ ਜਿਨ੍ਹਾਂ 16 ਸੀਟਾਂ ਤੇ ਅੱਜ ਵੋਟਿੰਗ ਹੋ ਰਹੀ ਹੈ, ਉਹਨਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਹਿੰਮਤ ਸੋਰੇਨ ਦੇ ਸਮੇਤ ਕੁੱਲ 208 ਉਮੀਦਵਾਰਾਂ ਦੀ ਕਿਸਮਤ ਅੱਜ EVM ਮਸ਼ੀਨਾਂ ਦੇ ਵਿੱਚ ਬੰਦ ਹੋ ਜਾਵੇਗੀ। ਇੱਥੇ ਨਕਸਲ ਪ੍ਰਭਾਵਿਤ ਖੇਤਰਾਂ ਦੇ ਕਾਰਨ ਮਤਦਾਨ ਦੁਪਹਿਰ 3 ਵਜੇ ਤੱਕ ਸਮਾਪਤ ਹੋ ਜਾਵੇਗਾ। ਗੱਲ ਕਰਦੇ ਹਾਂ ਅਗਲੀ ਖਬਰ ਦੀ। ਪਿਛਲੇ ਦਿਨੀ ਪਾਕਿਸਤਾਨ ਦੇ ਪੇਸ਼ਾਵਰ 'ਚ ਹੋਏ ਅੱਤਵਾਦੀ ਹਮਲੇ 'ਤੇ ਪਾਕਿਸਤਾਨ ਸਰਕਾਰ ਨੇ ਆਪਣਾ ਸਖ਼ਤ ਰੁੱਖ ਅਪਣਾਉਂਦੇ ਹੋਏ ਬੀਤੀ ਰਾਤ 17 ਅੱਤਵਾਦੀਆਂ ਦੇ ਵਿੱਚੋਂ 2 ਅੱਤਵਾਦੀਆਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਹੈ। ਇਹਨਾਂ ਦੇ ਵਿੱਚ ਅਕੀਲ ਉਰਫ ਉਸਮਾਨ ਅਤੇ ਮਿਹਰਵਾਨ ਨੂੰ ਫਾਂਸੀ ਸਜ਼ਾ ਦਿੱਤੀ ਗਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ ਫਾਂਸੀ 'ਤੇ ਪਾਬੰਦੀ ਨੂੰ ਹਟਾਏ ਜਾਣ ਦੇ ਮਗਰੋਂ ਇਹ ਸਭ ਤੋਂ ਪਹਿਲਾ ਫੈਸਲਾ ਲਿਆ ਗਿਆ। ਅਕੀਲ ਸਾਲ 2009 ਦੇ ਵਿੱਚ ਰਾਵਲਪਿੰਡੀ ਵਿੱਚ ਸੈਨਾ ਦੇ ਹੈੱਡਕੁਆਰਟਰ 'ਤੇ ਹਮਲੇ ਦੇ ਦੋਸ਼ਾਂ ਦੇ ਵਿੱਚ ਸਜ਼ਾ ਜ਼ਾਬਤਾ ਸੀ ਅਤੇ ਅੱਤਵਾਦੀ ਅਰਸ਼ਦ ਮਹਿਮੂਦ ਉਰਫ ਮਿਹਰਵਾਨ, ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਤੇ ਹਮਲੇ ਦਾ ਦੋਸ਼ੀ ਸੀ। ਇਹਨਾਂ ਦੋਹਾਂ ਅੱਤਵਾਦੀਆਂ ਨੂੰ ਫਾਹੇ ਲਗਾ ਕੇ ਪਾਕਿਸਤਾਨ ਨੇ ਅੱਤਵਾਦ ਦੇ ਖਾਤਮੇ ਦੇ ਵੱਲ ਕਦਮ ਪੁੱਟਿਆ। ਅਤੇ ਉੱਧਰ ਪਾਕਿਸਤਾਨੀ ਫੌਜ ਨੇ ਵੀ ਅਫਗਾਨਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਖੇਤਰ ਦੇ ਵਿੱਚ ਕਰੀਬ 67 ਤੋਂ ਵੱਧ ਅੱਤਵਾਦੀਆਂ ਨੂੰ ਮਾਰ ਮੁਕਾਇਆ। ਫੌਜ ਨੇ ਖੈਬਰ ਵਾਦੀ ਦੇ ਵਿੱਚ ਅੱਤਵਾਦੀਆਂ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਜਦੋਂ ਅਫਗਾਨਿਸਤਾਨ ਸਰਹੱਦ ਦੇ ਵੱਲ ਜਾ ਰਹੇ ਸਨ। ਖਬਰਾਂ ਦਾ ਰੁਖ ਕਰ ਲੈਂਦੇ ਹਾਂ ਪੰਜਾਬ ਦੇ ਵੱਲ, ਜਿੱਥੇ ਰੂਪਨਗਰ ਪੁਲਿਸ ਦੇ ਵੱਲੋਂ ਪੁਲਿਸ ਦੀ ਵਰਦੀ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਗੈਂਗ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਰੋਪੀਆਂ ਦੀ ਪਹਿਚਾਣ ਹਰਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਜੀਤ ਸਿੰਘ, ਬਰਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਦੇ ਰੂਪ ਵਜੋਂ ਹੋਈ ਹੈ, ਜਿਨ੍ਹਾਂ ਦੇ ਵੱਲੋਂ 2 ਵੱਖ ਵੱਖ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਦੇ ਵਿੱਚ ਇਸ ਗੈਂਗ ਦੇ ਵੱਲੋਂ ਪੁਲਿਸ ਦੀ ਵਰਦੀ ਵਿੱਚ ਇੱਕ ਵਾਰ 1.68 ਕਰੋੜ ਅਤੇ ਦੂਸਰੀ ਵਾਰ 11.5 ਲੱਖ ਰੁਪਏ ਦੀ ਲੁੱਟ ਕੀਤੀ ਗਈ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਇਹਨਾਂ ਦੇ ਪਾਸੋਂ 2 ਬੱਤੀ ਬੋਰ ਰਿਵਾਲਵਰ, 6 ਜਿੰਦਾ ਕਾਰਤੂਸ, 8 ਜਿੰਦਾ ਰੋਂਦ, 3 ਕਿਰਚਾਂ ਤੇ ਕਰੀਬ 4 ਲੱਖ ਰੁਪਏ ਨਕਦੀ ਬਰਾਮਦ ਕੀਤੀ ਗਈ ਹੈ, ਜਿਨ੍ਹਾਂ ਤੇ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਗੱਡੀ ਵਜਾ ਰਹੇ ਸੀ ਤੇ ਉਸ ਵਰਦੀ ਵਿੱਚ ਫੇਰ ਆਏ, ਹੁਣ 2 ਜਾਣੇ ਲਿਖਾਏ ਹੋਏ, 3 ਜਾਣੇ ਸੀ, ਇੱਕ ਪਿੱਛੇ ਲੰਬਾ ਪਿਆ ਰਿਹਾ, ਬਾਅਦ ਪਤਾ ਲੱਗਿਆ। ਉਹਨਾਂ ਲੈ ਕੇ ਰੋਕਿਆ, ਰੋਕ ਕੇ ਇੰਜਰਡ ਕੀਤਾ, ਉਹਦੇ ਸੀਰੀਅਸਲੀ ਇੰਜਰਡ ਕਿਰਚ ਇੱਥੇ ਮਾਰੀ ਤੇ ਉਹ ਬੈਗ ਲੈ ਕੇ ਉਹਦਾ ਨੋਟਾਂ ਵਾਲਾ ਪੈਸੇ, ਉਹ ਵੀ ਯੂਨੀਫਾਰਮ ਦੇ ਵਿੱਚ ਸੀ। ਦੋਨਾਂ ਵਿੱਚ ਯੂਨੀਫਾਰਮ ਦੇ ਵਿੱਚ ਦੋਨਾਂ ਵਾਰਦਾਤਾਂ ਦਾ ਕਾਫੀ ਮੇਨ, ਯੂਨੀਫਾਰਮ ਇਹ ਕੀਤੀਆਂ ਗਈਆਂ, ਏਰੀਆ ਸੇਮ ਸੀ, ਕਾਫੀ ਕਲਿਊ ਮਿਲੇ ਤਫਤੀਸ਼ ਦੇ ਵਿੱਚ ਤੇ ਕਿਸੇ ਕੋਈ ਇਨਵੈਸਟੀਗੇਸ਼ਨ ਦੇ ਦੌਰਾਨ ਕੋਈ ਇਨਫੋਰਮੇਸ਼ਨ ਆਈ ਕਿ ਇਸ ਦੇ ਵਿੱਚ ਆ ਜੋ 5 ਬੰਦੇ ਲਿਖੇ ਨੇ, ਸ਼ੇਮਾ ਨਾਂ ਪਿੱਛੇ ਲਿਖਿਆ ਹੋਇਆ, ਇਹ ਦੋ ਤਾਂ ਮੁਲਾਜ਼ਮ ਹੀ ਨੇ, ਹਰਿੰਦਰ ਸਿੰਘ PAP ਦਾ ਮੁਲਾਜ਼ਮ ਆ, ਇਹਦਾ ਹੈੱਡ ਕਨਸਟੇਬਲ ਆ, ਸਰਵਿੰਗ ਆ PAP ਦੇ ਵਿੱਚ। ਦੂਸਰਾ ਸੁਖਵਿੰਦਰ, ਉਸੇ ਥਾਣੇ ਵਿੱਚ ਜਿਹੜੇ ਥਾਣੇ ਵਿੱਚ ਵਾਰਦਾਤ ਹੋਈ ਆ ਉੱਥੇ ਹੀ ਡਰਾਈਵਰ ਆ, ਹੈੱਡ ਕਨਸਟੇਬਲ ਸੁਖਵਿੰਦਰ ਸਿੰਘ ਕਾਲਾ। ਜਿਹੜੇ 5 ਅਸੀਂ ਅਰੈਸਟ ਕੀਤੇ ਆ, ਇਹ 5 ਉਹ ਆ ਜਿਹੜੇ ਕਿ ਉਸ ਵਾਰਦਾਤ ਦੇ ਵਿੱਚ ਸੀ, 5 ਦੇ 5। ਜੀ ਉੱਧਰ ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾ ਅਤੇ ਗੁਰਦਾਸਪੁਰ ਦੇ DDPO ਦੇ ਵਿਚਾਲੇ ਸ਼ਬਦੀ ਜੰਗ ਦਾ ਮਾਮਲਾ ਤੂਲ ਫੜਦਾ ਨਜ਼ਰ ਆ ਰਿਹਾ, ਜਿਸਦੇ ਚੱਲਦਿਆਂ ਪੰਜਾਬ ਦੇ ਸਾਰੇ ਪੰਚਾਇਤ ਅਧਿਕਾਰੀਆਂ ਨੇ ਲੰਗਾ ਦੇ ਖਿਲਾਫ਼ ਆਪਣਾ ਮੋਰਚਾ ਖੋਲ੍ਹ ਦਿੱਤਾ।
मोहाली दे विखे एक बैठक के दौरान 11 मैंबरी कमेटी का गठन किया गया जो कि लंगाह के खिलाफ कानूनी कार्रवाई करेगी। इस मौके विभाग के डिप्टी डायरेक्टर ने दस्या है कि उन्होंने विभाग के गुरदासपुर के DDPO जसपाल सिंह नूं अपशब्द कहे गए सन जिसते उन्होंने इस अंदोलन शुरू किया। मांग की जा रही है कि उन्होंने इंसाफ दिता जाए। ग्राम पंचायत कलाना और राजी ओदी शामलाट जमीन की बोली दे विच मैनूं साबका मंत्री सरदार सुच्चा सिंह लंगाह ने फेवर करने लिए कहा गया सी ते मैं नहीं उन्हां दी मन्नी तो ओपन बोली की थी ते उहदे बाद उन्होंने मेरे ते मैनूं जानलेवा हमले की धमकी दी आ ते नाले मैनूं अब्यूजिव लैंग्वेज यूज की थी जी मेरे विरुद्ध। किन्ने दिन हो गए इस घटना नूं? यह 13 तरीक की गल है जी, शनिवार की। हाँ जी, मैं उस वेले 100 नंबर कंट्रोल रूम के उत्ते इहदे बारे रिपोर्ट दर्ज कराती जी, इनफॉर्म करता सी। ਉਹਦੇ ਬਾਅਦ ਮੰਡੇ ਨੂੰ ਅਸੀਂ ਸਾਰੇ ਮੇਰੇ ਜ਼ਿਲ੍ਹੇ ਗੁਰਦਾਸਪੁਰ ਦੇ ਸਾਰੇ ਆਫੀਸਰ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਅਤੇ SSP ਕੋਲ ਗਏ ਸੀਗੇ ਜੀ, ਬਟ ਅੱਜ ਤੱਕ ਸਾਡੇ ਸਾਨੂੰ ਈਵਨ ਸਾਡੀ FIR ਵੀ ਲੌਜ ਨਹੀਂ ਕੀਤੀ। ਸਾਰਿਆਂ ਨੂੰ ਹੀ ਸਾਡੇ ਅਫਸਰ ਸਾਹਿਬਾਨ ਨੂੰ ਇਸ ਗੱਲ ਦਾ ਬਹੁਤ ਡਰ ਹੈ ਕਿ ਹਰੀਕ ਨਾਲ ਜਿਹੜਾ ਹੈਗਾ ਇਹ ਹੋ ਸਕਦਾ ਹੈ। ਇਸ ਕਰਕੇ ਸਾਰਿਆਂ ਨੇ ਫੈਸਲਾ ਲਿਆ ਮੀਟਿੰਗ ਦੇ ਵਿੱਚ ਕਿ ਅਸੀਂ 11 ਮੈਂਬਰੀ ਕਮੇਟੀ ਬਣਾਈ ਹੈ ਜਿਹੜਾ ਅਗਲਾ ਅਸੀਂ ਜੋ ਕਰਨਾ ਹੈਗਾ ਫੈਸਲਾ ਲੈਣਾ ਉਹ ਲਵਾਂਗੇ ਅਤੇ ਜਦ ਤੱਕ ਸਾਡਾ ਕੋਈ ਫੈਸਲਾ ਨਹੀਂ ਹੁੰਦਾ ਤਦ ਤੱਕ ਸਾਡਾ ਸਾਰੀ ਜਿਹੜੀ ਕਲਾਸ ਹੈਗੀ ਹੈ ਉਹ ਸਟ੍ਰਾਈਕ 'ਤੇ ਹੈਗੇ ਹਾਂ ਅਸੀਂ, ਕੋਈ ਵੀ ਸਰਕਾਰ ਦਾ ਜਿਹੜਾ ਕੰਮ ਨਹੀਂ ਕਰਦੀ ਜੀ। ਉੱਧਰ ਬੀਤੇ ਦਿਨੀ ਜੰਮੂ ਦੇ ਵਿੱਚ ਨਵਜੋਤ ਸਿੰਘ ਸਿੱਧੂ 'ਤੇ ਹੋਏ ਹਮਲੇ ਦੀ ਅਨਿਲ ਜੋਸ਼ੀ ਨੇ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਕਿਸੇ ਦੀ ਵਿਚਾਰਧਾਰਾ ਦਾ ਜਵਾਬ ਉਸ ਦੀ ਵਿਚਾਰਧਾਰਾ ਦੇ ਵਿੱਚ ਹੀ ਦੇਣਾ ਚਾਹੀਦਾ ਹੈ, ਨਾ ਕਿ ਉਸ 'ਤੇ ਹਮਲਾ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਲੋਕਤੰਤਰ 'ਤੇ ਹਮਲਾ ਅਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ਼ ਠੋਸ ਕਾਰਵਾਈ ਕਰਨੀ ਚਾਹੀਦੀ ਹੈ। ਉਧਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸਿੱਧੂ ਵੱਲੋਂ ਅਕਾਲੀ ਦਲ ਤੇ ਲਗਾਏ ਜਾ ਰਹੇ ਹਮਲੇ ਦੇ ਆਰੋਪਾਂ ਨੂੰ ਬੇਬੁਨਿਆਦ ਦੱਸਿਆ। ਕਿਸੇ ਵੀ ਵਿਚਾਰ ਦੇ ਉੱਤੇ ਆਪਣਾ ਵਿਚਾਰ ਜਿਹੜਾ ਪ੍ਰਗਟ ਕਰਨ ਦਾ ਹਰ ਇੱਕ ਨੂੰ ਹੱਕ ਆ। ਕੋਈ ਗੱਲ ਕਰਦਾ ਉਹਦਾ ਜਵਾਬ ਗੱਲ ਦੇ ਨਾਲ, ਉਹਦਾ ਜਵਾਬ ਵਿਚਾਰ ਦੇ ਨਾਲ ਤੇ ਹੋ ਸਕਦਾ ਵਾ। ਇਸ ਤਰ੍ਹਾਂ ਲੋਕਤੰਤਰ ਦੇ ਵਿੱਚ ਕੋਈ ਵੀ ਹਮਲਾ, ਕਿਸੇ ਦੇ ਉੱਤੇ ਅਟੈਕ, ਕਿਸੇ ਦੀ ਗੱਡੀ ਦੇ ਸ਼ੀਸ਼ੇ ਤੋੜਨੇ, ਇਹ ਬਹੁਤ ਨਿੰਦਣਯੋਗ ਘਟਨਾ ਵਾ। ਮੈਂ ਇਹਦੀ ਬਿਲਕੁਲ ਭਰਪੂਰ ਨਿਖੇਧੀ ਕਰਦਾ। ਬਾਕੀ ਸਿੱਧੂ ਸਾਹਿਬ ਜਿਹੜੇ ਆ ਉਹ ਪਾਰਟੀ ਦੀ ਜੋ ਹਾਈ ਕਮਾਨ ਦੀ ਜਿਹੜੀ ਡਾਇਰੈਕਸ਼ਨ ਦੇ ਉੱਤੇ ਕੰਪੇਨ ਕਰਨ ਗਏ ਕਿਤੇ ਵੀ, ਉਹਨੂੰ ਕਿਸੇ ਨੂੰ ਨਹੀਂ ਕੋਈ ਵਿਚਾਰ ਜੰਗ ਚੰਗਾ ਲੱਗਦਾ ਉਹ ਨਾ ਸੁਣੇ, ਇਹ ਅਲੱਗ ਗੱਲ ਆ। ਪਰ ਇਹ ਹੈ ਕਿ ਇਸ ਤਰ੍ਹਾਂ ਦੀ ਹਰਕਤ ਕਰਨੀ ਹੈ ਜਿਹੜੀ ਆ, ਇਹਦਾ ਕੋਈ ਫਾਇਦਾ ਨਹੀਂ, ਸਗੋਂ ਉਲਟਾ ਨੁਕਸਾਨ ਹੀ ਹੁੰਦਾ ਹੁੰਦਾ, ਫਾਇਦਾ ਨਹੀਂ ਹੁੰਦਾ। ਅਸੀਂ ਕਦੇ ਨਾ ਇਹੋ ਜਿਹਾ ਜ਼ਿੰਦਗੀ 'ਚ ਕੰਮ ਕੀਤਾ ਅਤੇ ਨਾ ਕਰਦੇ ਕਦੇ। ਅੱਜ ਤੱਕ ਤੁਸੀਂ ਸੁਣਿਆ ਕਿ 60-60 ਸਾਲ ਹੋ ਗਏ ਸਿਆਸਤ 'ਚ ਕਦੇ ਕੋਈ ਇਹੋ ਜਿਹਾ ਕੰਮ ਕੀਤਾ? ਅਸੀਂ ਕਿਸੇ ਨੂੰ ਕਿਉਂ ਉਲਟਾ ਕਰਦੇ? ਗੱਲ ਕਰ ਲੈਂਦੇ ਅਗਲੀ ਖਬਰ ਦੀ। ਬਰਡ ਫਲੂ ਦੀ ਦਹਿਸ਼ਤ ਦੇ ਕਾਰਨ ਚੰਡੀਗੜ੍ਹ ਦੀ ਸੁਖਨਾ ਝੀਲ ਤੇ ਗਹਿਮਾ ਗਹਿਮੀ ਬੰਦ ਹੋ ਗਈ ਹੈ। ਸੁਖਨਾ ਦੇ ਵਿੱਚ ਮਰੀ ਇੱਕ ਬੱਤਖ ਦੇ ਵਿੱਚੋਂ ਬਰਡ ਫਲੂ ਦੇ ਲੱਛਣ ਮਿਲਣ ਤੋਂ ਬਾਅਦ ਹਰਕਤ ਵਿੱਚ ਆਏ ਪ੍ਰਸ਼ਾਸਨ ਨੇ ਬੱਤਖਾਂ ਨੂੰ ਮਾਰ ਗਿਰਾਇਆ। ਹਜ਼ਾਰਾਂ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਰਹੀ ਸੁਖਨਾ ਝੀਲ ਦੇ ਆਸ ਪਾਸ ਕਰੀਬ ਇੱਕ ਮਹੀਨੇ ਦੇ ਲਈ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਝੀਲ ਦੇ ਵਿੱਚ ਬਰਡ ਫਲੂ ਦੀ ਖਬਰ ਦੇ ਚੱਲਦਿਆਂ ਪਾਣੀ ਦੇ ਵਿੱਚ ਇਨਫੈਕਸ਼ਨ ਦੀ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਸ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਅਗਲੇ ਹੁਕਮਾਂ ਦੇ ਤੱਕ ਸੁਖਨਾ ਝੀਲ ਨੂੰ ਸੀਲ ਕਰ ਦਿੱਤਾ ਗਿਆ। ਉਧਰ ਕੇਂਦਰ ਸਰਕਾਰ ਨੇ ਵੀ ਬਰਡ ਫਲੂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਖ਼ਤ ਉਪਰਾਲੇ ਕਰਨ ਦੇ ਹੁਕਮ ਜਾਰੀ ਕੀਤੇ ਨੇ। ਅਤੇ ਬੰਦੀ ਸਿੱਖ ਕੈਦੀਆਂ ਦੀ ਰਿਹਾਈ ਦੇ ਲਈ ਭੁੱਖ ਹੜਤਾਲ ਤੇ ਬੈਠੇ ਬਾਬਾ ਗੁਰਬਖਸ਼ ਸਿੰਘ ਖਾਲਸਾ ਦੀ ਹੜਤਾਲ ਇੱਕ ਮਹੀਨੇ ਤੋਂ ਵੀ ਉੱਪਰ ਹੋ ਚੁੱਕੀ ਹੈ। ਅਜਿਹੇ ਵਿੱਚ ਵੱਖ ਵੱਖ ਪੰਥਕ ਸ਼ਖਸੀਅਤਾਂ ਅਤੇ ਸੰਗਤਾਂ ਹਰ ਰੋਜ਼ ਉਹਨਾਂ ਦੇ ਸਮਰਥਨ ਦੇ ਵਿੱਚ ਪਹੁੰਚ ਰਹੀਆਂ ਨੇ। ਭਾਈ ਖਾਲਸਾ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਤਾਦਾਦ ਦੇ ਵਿੱਚ ਹਰਿਆਣਾ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਭਾਈ ਖਾਲਸਾ ਜੀ ਨੂੰ ਮਿਲਣ ਵਾਲਿਆਂ ਦੇ ਵਿੱਚ ਪੰਜਾਬ ਅਧਿਆਪਕ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਆਪਣੇ ਸਾਥੀਆਂ ਦੇ ਸਮੇਤ ਪਹੁੰਚੇ। ਉਧਰ ਡਾਕਟਰਾਂ ਦੇ ਮੁਤਾਬਕ ਭਾਈ ਖਾਲਸਾ ਜੀ ਦੀ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ। ਬਾਬਾ ਜੀ ਦਾ ਮੈਂ ਹੈਲਥ ਚੈੱਕਅਪ ਕੀਤਾ ਜੀ। ਬਾਬਾ ਜੀ ਦਾ ਭਾਰ 63.5 ਕਿਲੋ ਹੈ ਜੀ। ਪਹਿਲਾਂ ਨਾਲੋਂ ਕਾਫੀ ਘੱਟ ਗਿਆ ਜੀ, ਅਤੇ ਹੁਣ ਠੰਡ ਕਰਕੇ ਹੋਰ ਵੀ ਦਿਨੋ ਦਿਨ ਕਮਜ਼ੋਰੀ ਆਊਗੀ ਜੀ। BP 110/76 ਹੈ, ਪਲਸ 70 ਪਰ ਮਿੰਟ ਹੈ, ਪਰ ਪਹਿਲਾਂ ਮੌਸਮ ਠੀਕ ਸੀ, ਹੁਣ ਠੰਡ ਹੋਣ ਕਰਕੇ ਬਾਬਾ ਜੀ ਦੇ ਭਾਰ ਨੂੰ ਦਿਨੋ ਦਿਨ ਬਹੁਤ ਫਰਕ ਪਊਗਾ ਜੀ, ਅਤੇ ਦਿਨੋ ਦਿਨ ਬਹੁਤ ਕਮਜ਼ੋਰੀ ਆਊਗੀ ਜੀ। ਈਟੀਡੀ ਅਧਿਆਪਕ ਜਿਨ੍ਹਾਂ ਦੀ ਗਿਣਤੀ ਪੰਜਾਬ ਦੇ ਵਿੱਚ 13,000 ਆ, ਉਹਨਾਂ ਦੀ ਜਥੇਬੰਦੀ ਈਟੀਡੀ ਅਧਿਆਪਕ ਯੂਨੀਅਨ ਅੱਜ ਉਹਨਾਂ ਦੀ ਹਮਾਇਤ 'ਤੇ ਪਹੁੰਚੀ ਹੈ, ਔਰ ਅਸੀਂ ਜਿੱਥੇ ਉਹਨਾਂ ਦੀ ਹਮਾਇਤ 'ਤੇ ਆਏ ਹਾਂ ਉੱਥੇ ਸੋਮਵਾਰ ਨੂੰ ਪੰਜਾਬ ਭਰ ਦੇ ਜ਼ਿਲ੍ਹਾ ਪੱਧਰ 'ਤੇ DC ਨੂੰ ਮੰਗ ਪੱਤਰ ਜਿਹੜੇ ਆ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਾਂ 'ਤੇ ਸੌਂਪੇ ਜਾਣਗੇ ਕਿ ਸਰਕਾਰ ਤੁਰੰਤ ਇਸ ਮਸਲੇ ਦਾ ਹੱਲ ਕਰੇ, ਜੇਕਰ ਨਹੀਂ ਕਰਦੀ ਤਾਂ ਸੰਘਰਸ਼ ਹੋਰ ਦਿਖਾਓ।
जी अगली खबर तलवंडी साबित होया जिथे नजदीकी पिंड भागीबांदर वासियों के वलों थाने का घिराओ करके जबरदस्त नारेबाजी की गई। दरअसल पिंड दे विच आवारा किस्म के नौजवानों वालों लड़कियों तंग परेशान करने के मामले दे विच पिंड की महिला सरपंच के लड़के ने अपने आप नूं सरपंच दस के थाना मुखी नूं फोन किया सी, जिसते थाना मुखी ने इतराज़ जताउंदिआं लड़के नूं अपशब्द कहे। हालांकि महिला सरपंच के लड़के ने इस ते माफ़ी भी मंगी पर थाना मुखी ने ना बर्दाश्त योग गल्लां कहीआं, जिस तों भड़के पिंड वासियों ने थाने का घिराओ किया अते सूचना मिलदिआं मौके ते पहुंचे DSP मलकीत सिंह पट्टी ने मामले नूं शांत करवाया। उधर पंजाबी यूनिवर्सिटी दे विखे हर साल की तरह इस साल भी गुलदौन की प्रदर्शनी लगाई गई है, जिसका उद्घाटन यूनिवर्सिटी के वाइस चांसलर डॉक्टर जसपाल सिंह ने किया। इस दे विच जिथे यूनिवर्सिटी वालों फुलां की प्रदर्शनी लगाई गई है उत्थे वक्-वक् इंस्टीट्यूशन भी हिस्सा लै रहे हैं। डॉक्टर जसपाल सिंह ने पत्रकारों नूं जानकारी दिंदिआं दस्सिआ कि पंजाबी यूनिवर्सिटी आउंदे साल यूनिवर्सिटी दे विच फलावर वैली लगावेगी, जिसनूं लै के लोग भी उत्साहित होणगे। इस दे नाल ही उन्होंने दी सांभ संभाल करन दा सुनेहा भी दिता। यूनिवर्सिटी वालों भी फुलों की प्रदर्शनी लाई गई है। यूनिवर्सिटी अपने आप में एक एनवायरमेंट फ्रेंडली नेचर फ्रेंडली खूबसूरत कैंपस साडा है। असी यह भी फैसला किया है कि यूनिवर्सिटी विच एक थान निश्चित की गई है, उस थान ते फ्लावर वैली इस्टैबलिश की जानी है और मैं अपने सारे स्टाफ की ड्यूटी लाई है कि वह वक्-वक् थावां ते फ्लावर वैली का जिहड़ा कॉन्सैप्ट है उसनू देख के आन और फिर आउंदे साल एक बहुत खूबसूरत फ्लावर वैली जिहड़ी है वो असी इस्टैबलिश करनी है अपनी यूनिवर्सिटी विच। वधिया सी, वैरायटी सी, बहुत कलर सीगे ते बहुत अच्छी सीगी। एटलीस्ट वन वीक बिकॉज एग्जाम्स होंदे आ तां कईआं नूं टाइम ही नहीं मिलदा, असी आ जाईए ते इत्थे पिक्स वगैरह करिए ते इंजॉय करिए। जी उधर गुरु हरकिशन पब्लिक सीनियर सैकेंडरी स्कूल पटियाला दे विखे स्कूली विद्यार्थियों दे वल्लों फूड फैसटिवल मनाया गया, जिस दे विच विद्यार्थियों दे वल्लों वक्-वक् किस्मां दे पकवान बना के लिआंदे गए। इस समागम दे विच मुख मेहमान दे तौर ते पहुंचे चढ़दी कला ग्रुप दे चेयरमैन सरदार जगजीत सिंह दर्दी अते उन्हां दी पत्नी जसविंदर कौर दर्दी ने विद्यार्थियों दे वल्लों बना के लिआंदे पकवानां दी रज के शलाघा कीती अते नाल ही बच्चियां वल्लों बना के लिआंदे पकवानां नूं चक के भी देखिआ। उन्हां दस्सिआ कि स्कूल दे विच इंटर हाउस कंपीटीशन दौरान यह मुकाबला स्कूली बच्चों के विचाले करवाया गया। इंटर हाउस कंपीटीशन आज स्कूल के प्रिंसिपल साहब ने और स्टाफ ने ऑर्गेनाइज किया है, जिस विच बड़े शौक नाल रीझ नाल बच्चों ने पार्टिसिपेट किया और उस पता लगता है कि इस फैसटिवल में तैयार करने लिए अपने घर में बच्चों ने कितनी मेहनत की होगी और इन्होंने माँ बाप ने भी जरूर इन्हों सहयोग दिता होगा। इन्ने स्वादी खाने इतने डिलीशियस डिशिज बना के लिया है कि जिन्होंने खा के इंसान को मज़ा भी आता और आनंदित भी होता है। और स्कूलों के बच्चों यह अवेयरनैस पैदा करते हैं कि चंगा फूड किस तरह तैयार करना है और किस तरह खाना है। ये गुरु हरकिशन पब्लिक स्कूल ने पहल की है, खास करके सरदारनी जसविंदर कौर दर्दी ने आप दिलचस्पी लैके इस फैसटिवल में सक्सैसफुल बनाया और बच्चों ने बड़ी शिद्दत दे नाल बड़ी शौक दे नाल रीझ दे नाल ये सारा प्रोग्राम कामयाब किया है। अज श्री गुरु हरकिशन सीनियर सैकेंडरी स्कूल खेरे पंजाब मार्केट पटियाला विखे फूड फैसटिवल किया गया, जिस विच साढ़े चार हाउसिस हैं, बाबा अजीत सिंह जी हाउस, जुदार सिंह जी हाउस, जोरावर सिंह जी हाउस, फतेह सिंह हाउस, इन चारों ने अलग अलग किसी ने इटैलियन, किसी ने चाइनीज, किसी ने पंजाबी ढाबा और किसी ने मद्रासी, सारे तरह के इन्होंने डिशेज बनाइया। तो चारों हाउस ने अलग अलग अपनी प्रिपरेशन की, डेकोरेशन की और वेल ड्रेस्ड होके जिस तरह के जो मद्रास उधर का है साउथ का उन्होंने साउथ ड्रेस पाई, जिहड़े पंजाबी ढाबा हैं उन्होंने पंजाबी ड्रेसिस पाई, इटैलियन वाले ने इटैलियन ड्रेसिस। बहुत अच्छा सारा प्रोग्राम होया, सारिया ने जिस तरह भी मतलब जिधर जिधर जाओ जिधर का कल्चर है उस तरह के कल्चर के सारिया ने बहुत सोहना अपना प्रगटावा किया, मैं बहुत अच्छा लग्या। तो मैं अरदास करती हाँ कि अगो भी बच्चे बहुत अच्छा कर। Today we are having inter-house cuisine competition between Ajit House, Jujar House, Jurawar House and Fateh House. Topic of the food competition are chosen by the students themselves.
we have Italian, Chinese, Punjabi and South Indian design. I appreciate the enthusiasm of teachers and students. Such competitions bring out their hidden talents. I thank all my students and staff. ਜੇ ਤਾਂ ਸਨ ਹੁਣ ਤੱਕ ਦੀਆਂ ਖਬਰਾਂ, ਕੁਝ ਹੋਰ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ, ਧੰਨਵਾਦ।